ਕੰਪੀ ਮੈਂ ਦਾਲ ਬਣਾ ਲਈ ਜਮਾਂ ਮੰਮੀ ਵਰਗੀ ਬਣੀ ਆ। ਇੱਧਰ ਚਾਹ ਵੀ ਰੱਖੀ ਹੋਈ ਆ ਅਤੇ ਭਿੰਡੀਆਂ ਦੀ ਸਬਜ਼ੀ ਬਣਾਉਣੀ ਆ, ਇੱਕ ਪ੍ਰਸ਼ਾਦ ਪਾਉਣਾ, ਉਹਦੇ 'ਚ ਠੂਠੀਆਂ ਪਾਣੀਆਂ। ਮੰਮੀ ਨੂੰ ਵੀ ਦੱਸ ਦੀ, ਠੀਕ ਆ? ਕੰਪੀ ਮੈਂ ਦਾਲ ਬਣਾ ਲਈ ਜਮਾਂ ਮੰਮੀ ਵਰਗੀ ਬਣੀ ਆ, ਠੀਕ ਹੈ? ਇੱਧਰ ਚਾਹ ਵੀ ਰੱਖੀ ਹੋਈ ਆ ਅਤੇ ਭਿੰਡੀਆਂ ਦੀ ਸਬਜ਼ੀ ਬਣਾਉਣੀ ਆ, ਅਤੇ ਦੂਜਾ ਕੀ ਨਾਂ ਦਾ, ਇੱਕ ਪ੍ਰਸ਼ਾਦ ਪਾਉਣਾ, ਉਹਦੇ 'ਚ ਠੂਠੀਆਂ ਪਾਣੀਆਂ। ਮੰਮੀ ਨੂੰ ਵੀ ਦੱਸ ਦੀ, ਠੀਕ ਆ? ਬਾਕੀ ਮੈਂ ਕਰਦੀ ਹਾਂ, ਹੋਰ ਫਿਰ ਤੈਨੂੰ ਦਿਖਾਉਂਗੇ। ਬਹੁਤ ਵਧੀਆ ਜਮਾਂ ਮੰਮੀ ਦੀ ਦਾਲ ਵਾਂਗੂ ਬਣੀ ਆ। ਰੁੱਕ ਜਾ, ਮੰਮੀ ਨੂੰ ਵੀਡੀਓ ਦਿਖਾ ਦੀ। ਵੇਟ, ਆ ਦੇਖ, ਮੰਮੀ ਨੂੰ ਦੇਖ, ਪੁੱਛ ਕੇ ਦੱਸੀ ਸਹੀ ਬਣੀ ਆ। ਤੁੜਕਾ ਲਾਉਣ ਵਾਲਾ ਰਹਿ ਗਿਆ, ਹਾਲੇ ਥੋੜ੍ਹੀ ਜਿਹੀ ਹੋਰ ਰਜਾਉਂਗੀ। ਵੀਡੀਓ 'ਚ ਇਸ 'ਚ ਜਿਹੜੇ ਤੁਸੀਂ ਸੀਨ ਦੇਖੋਗੇ, ਜਿਹੜੇ ਚੱਲ ਰਹੇ 22 ਮਾਰਚ ਦੇ ਹੈਗੇ ਆ, ਹੋਰ ਵੀ ਕਾਫੀ ਕਲਿੱਪ ਆ। ਮੰਮੀ ਖੁਸ਼ ਆ? ਖੁਸ਼, ਹੱਸ ਕੇ ਦਿਖਾ ਦੇ ਫਿਰ। ਚੱਲ ਫਿਰ, ਜੱਫੀ ਪਾ ਮੰਮੀ। ਓਕੇ, ਥੈਂਕ ਯੂ ਮੰਮੀ। ਲੈ ਮੰਮੀ, ਮੈਂ ਦੇਖ ਦਿਖਾਦਾ ਫਿਰ ਕੀ ਕੀ ਬਣਾਇਆ ਆਪਾਂ। ਸਾਡਾ ਪ੍ਰਸ਼ਾਦ ਆ, ਸੂਜੀ ਵਾਲਾ, ਇਹ ਮਾਹਾਂ ਦੀ ਦਾਲ ਹੈ, ਦਾਲ ਮੱਖਣੀ। ਨੈਕਸਟ ਹੈਗੀਆਂ ਭਿੰਡੀਆਂ। ਤਿੰਨ ਹੀ ਚੀਜ਼ਾਂ ਬਣਾਈਆਂ ਨੇ ਆਪਾਂ। ਮੰਮੀ ਦਹੀਂ ਵੀ ਕੱਢਣ ਵਾਲਾ ਹਲੇ ਆਪਣਾ। ਮੰਮੀ ਉੱਤੋਂ ਤੋਂ ਚੱਕ ਲੈਂਦੇ ਜੇ ਜ਼ਿਆਦਾ ਆ ਤਾਂ। ਮੰਮੀ ਕੱਢ ਸਕਦੇ ਆ? ਚਲੋ ਫਿਰ ਕੱਢ ਲੈਂਦੇ। 22 ਮਾਰਚ ਨੂੰ ਮੈਂ ਉੱਥੇ ਫਸਟ ਡੇ ਜਿਹੜਾ ਰੋਟੀ ਬਣਾਉਣ ਨਾਲ ਪ੍ਰੋਗਰਾਮ ਜਿਹਾ ਕੀਤਾ ਸੀ, ਸੋ ਇਹ ਸਾਰਾ ਕੁਛ ਬਣਾਇਆ। ਅਤੇ ਜਿਹੜੇ ਭਾਂਡੇ ਹੈਗੇ ਆ ਮੇਰੇ ਦਾਦੀ ਦੇ ਵਿਆਹ ਦੇ ਹੈਗੇ, ਅਤੇ ਮੈਂ ਉਹ ਸਾਂਭ ਕੇ ਰੱਖੇ ਸੀ ਕਿ ਠੀਕ ਹੈ ਮੈਂ ਉਹ ਲੈ ਕੇ ਜਾਣੇ ਆ, ਹੈ ਨਾ। ਸੋ ਹੋਰ ਕੁਛ ਨਹੀਂ, ਬਸ ਇਹ ਭਾਂਡੇ ਜ਼ਰੂਰ ਮੈਂ ਆਪਣੇ ਸਹੁਰੇ ਸ਼ਿਫਟ ਕੀਤੇ ਆ। ਸੋ ਨੈਕਸਟ ਉਸ ਤੋਂ ਬਾਅਦ 23 ਨੂੰ ਵਾਪਸ ਅਸੀਂ ਪਿੰਡ ਆਏ ਸੀ, ਜਸ ਔਰ ਭਾਅ ਜੀ। ਸੋ ਅਸੀਂ 3 ਜਣੇ ਆਏ ਸੀ। ਇਹ ਉਸ ਟਾਈਮ ਦੀਆਂ ਕਲਿੱਪਾਂ, ਮੈਂ ਪੂਰੀ ਖੁਸ਼ ਹਾਂ ਵਾਪਸ ਪਿੰਡ ਆ ਕੇ। ਐਂ ਲੱਗਦਾ ਪਤਾ ਨਹੀਂ ਜੰਨਤ ਹੀ ਮਿਲ ਗਈ ਵਾਲਾ ਪਿੰਡ ਆ। ਨੁੱਕੜ ਤੇ ਗੁਰਦੁਆਰਾ ਆਪਾਂ ਜਿਵੇਂ ਐਂਡ ਚੋਂ ਆਈ ਪਿੰਡ ਆ। ਦੱਸ ਕੀ ਆ? ਹਾਂਜੀ ਭਾਜੀ, ਸਿੱਧਾ ਸਿੱਧਾ ਬਸ ਆ ਲਾਸਟ ਗਲੀ ਚ ਲੈਫਟ ਲੈਣਾ ਆ। ਬਸ ਪਹਿਲਾ ਘਰ ਗੋਰੇ ਕਾ ਹੈਗਾ, ਸਾਰੇ ਇੱਧਰ ਆਪਣੇ ਇੱਕ ਘਰ ਛੱਡ ਕੇ ਪਹਿਲਾਂ। ਹਾਂ ਗੋਰੇ ਕਾ। ਬੇਚਾਰੇ ਵੇਟ ਕਰਦੇ, ਦੇ ਦੇ ਕੋਈ ਨਾ। ਲੁਣਕੀ ਆਂਟੀ ਨੂੰ ਕਹਿੰਦੀ ਇੱਕ ਵਾਰ ਦੁਬਾਰੇ ਚੋਗੀ ਤੇਲ। ਚੱਲ ਚੱਲ ਜਸ ਉੱਤਰ, ਬਸ ਫਿਰ ਕੁਛ ਨੀ ਆਉਂਦਾ। ਮੈਂ ਸੋਚਿਆ ਯਾਦ ਰਹਿ ਜੂਗੀ, ਕਿੱਥੇ ਵੀ ਤੇਲ ਚੋਣਾ ਸੀਗਾ ਨਾ। ਹੋਰ ਕੀ ਤਾਂ, ਚੱਲ ਕੋਈ ਗੱਲ ਨੀ, ਗੱਲੀ ਤੋਂ ਬਾਅਦ ਹੀ ਚੱਲ। ਲੈ ਮੰਮੀ, ਤੇ ਤਪੋਲੀ ਬੜੇ ਸੋਹਣੇ ਹੋ ਗਏ, ਦੇਖ ਲੈ ਖਿੜ ਗਈ ਨਾ।
ਹਾਏ ਵਾਦੂ ਇੱਧਰ ਕੀ ਆ ਜਾ ਜਸ ਨੂੰ ਸੰਗ ਹੁੰਦੀ ਆ ਬਈ ਇਹਦਾ ਪੂਰਾ ਧਿਆਨ ਰੱਖਿਆ ਜਾਵੇ ਪਾਣੀ ਪੂਣੀ ਨਾ ਬੱਚੇ ਰੋਣਾ ਪਵੇ ਵਾਧੂ ਤੁਸੀਂ ਨੀ ਰੋਣਾ ਆ ਕੇ ਰੋਟੀ ਵਗੈਰਾ ਖਾਧੀ ਥੋੜ੍ਹਾ ਜਿਹਾ ਰੈਸਟ ਕੀਤਾ ਅਤੇ ਉਸ ਤੋਂ ਬਾਅਦ ਗੁਰਵੀਰ ਕੋਲ ਜਾਣ ਦਾ ਸਾਡਾ ਪਲੈਨ ਸੀਗਾ ਤਾਂ ਸਿਰਫ ਇੱਕ ਹੀ ਦਿਨ ਦੇ ਲਈ ਆਏ ਸੀਗੇ ਇੱਥੇ 12 ਵਜੇ ਮੈਨੂੰ ਲੱਗਦਾ ਸੀ ਪਹੁੰਚੇ ਸੀਗੇ ਬਸ ਉਹੀ ਵਾਲਾ ਦਿਨ ਸੀ ਆ ਕੇ 2 ਘੰਟੇ ਰੈਸਟ ਕੀਤਾ ਥੋੜ੍ਹਾ ਖਾਧਾ ਪੀਤਾ ਫਿਰ ਰੈਡੀ ਹੋ ਕੇ ਫਿਰ ਮੈਂ ਡੈਡੀ ਕੰਪੂ ਜਸ ਜਗਰੂਪ ਭਾਅ ਜੀ ਔਰ ਅਰਸ਼ ਅਸੀਂ ਸਾਰਿਆਂ ਨੇ ਪਲੈਨ ਕੀਤਾ ਕਿ ਗੁਰਵੀਰ ਕੋਲ ਜਾ ਕੇ ਉਹਨੇ ਕੁਛ ਮਠਿਆਈਆਂ ਅਤੇ ਜੋ ਵੀ ਕੁਛ ਦੇਣਾ ਹੈ ਨਾ ਸੋ ਮੇਰੀ ਭੈਣ ਹੈਗੀ ਹੈ ਤਾਂ ਅਸੀਂ ਉਹਨੂੰ ਦੇਣ ਦੇ ਲਈ ਗਏ ਸੀਗੇ ਰੈਡੀ ਹੋ ਕੇ ਫਸਟ ਡੇ ਜਿੱਦਣ ਆਏ ਸੀਗੇ ਤਾਂ ਉੱਦਣ ਜਾ ਆਏ ਗੁਰਵੀਰ ਕੋਲ ਵੀ ਤਾਂ ਉਸ ਤੋਂ ਬਾਅਦ ਦੁਬਾਰਾ ਜਸ ਦਾ ਤਾਂ ਇੱਥੇ ਗੇੜੇ ਹੀ ਨਹੀਂ ਵੱਜਿਆ ਗਾ ਸੋ ਉਸ ਟਾਈਮ ਦੀ ਇਹ ਕਲਿੱਪ ਹੈਗੀ ਆ ਤਾਂ ਇਹ ਵਾਲਾ ਸੂਟ ਹਾਲੇ ਮੈਂ 2-4 ਦਿਨਾਂ ਬਾਅਦ ਫਿਰ ਵੀ ਪਾਉਣਾ ਆ ਸੋ ਇਹ ਜਿਹੜਾ ਸੂਟ ਹੈ ਮੇਰਾ ਫੇਵਰੇਟ ਹੈਗਾ ਆ ਉਦਣ ਦੀਆਂ ਕਲਿੱਪ ਪਈਆਂ ਜਿੱਦਣ ਆਪਾਂ ਗੁਰਵੀਰ ਕੇ ਗਏ ਸੀ ਉਹ ਵੀ ਦੇਖ ਲਓ ਨਹੀਂ 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 ਆ ਜਾਓ ਮੈਂ ਕਿਹਾ ਸੀਨ ਜਿਹਾ ਕਰ ਲਈਏ ਕੈਪਚਰ ਯਾਦ ਰਹੂਗਾ ਹਾਂ ਹਾਂ ਸਾਰਿਆਂ ਨੂੰ ਮਿਲ ਲਈ ਹੋ ਗਈਆਂ ਕਿ ਤੇਰੀਆਂ ਆਈਟਮ ਕੌਣ ਯਾਰ ਬੇਚਾਰੀ ਬਹੁਤ ਚੰਗੀ ਆ ਤੇਰੀ ਚੱਲ ਕੋਈ ਨਾ ਆਪਾਂ ਨੂੰ ਕੀ ਲੈਣਾ ਮੈਂ ਉਹਨਾਂ ਨੂੰ ਕਹਿਤਾ ਮੈਂ ਕਿਹਾ ਕੁੜੀਆਂ ਗੁੱਸੇ ਆ ਉਹ ਵੀ ਬਹੁਤ ਗੁੱਸੇ ਆ ਉਹਨਾਂ ਦੇ ਨਾਲ ਵੀ ਹਾਂ ਵੀ ਇਹਨਾਂ ਨੇ ਕਿਉਂ ਕੀਤਾ ਚੱਲ ਕੋਈ ਨਾ ਗੁਰਵੀਰ ਨੇ ਬਹੁਤ ਜ਼ਿਆਦਾ ਆਈਟਮਾਂ ਬਣਾਈਆਂ ਹੋਈਆਂ ਸੀਗੀਆਂ ਸ਼ਾਇਦ ਅੱਧੀਆਂ ਮੈਂ ਵੀਡੀਓ 'ਚ ਲੈ ਵੀ ਨਹੀਂ ਪਾਈ ਹੋਊਂਗੀ ਬਹੁਤ ਜ਼ਿਆਦਾ ਇਹਨੇ ਮਾਹੌਲ ਬਣਾਇਆ ਹੋਇਆ ਸੀ ਖਾ ਖਾ ਕੇ ਵਿਆਹ ਦੇ ਵਿੱਚ ਮੇਰਾ ਥੋੜ੍ਹਾ ਉਹੀ ਹੋਇਆ ਸੀ ਕਿਉਂਕਿ ਮੇਕਅਪ ਦੇ ਟਾਈਮ ਵੀ ਵਿਆਹਾਂ 'ਚ ਖਾਂਦੇ ਪੀਂਦੇ ਰਹਿੰਦੇ ਸੀ ਬਟ ਮੈਨੂੰ ਉਸ ਦਿਨ ਵੀ ਖਾਣਾ ਪਿਆ ਕਿਉਂਕਿ ਇਹਨੇ ਅਰੇਂਜਮੈਂਟ ਸਿਰਾ ਕੀਤੇ ਸੀ ਚੱਲ ਬਸ ਮੇਰੀ ਭੈਣ ਨੈਕਸਟ ਆਹ ਵਾਲੀ ਕਲਿੱਪ ਹੈਗੀ ਜਿੱਥੇ ਸਾਰੇ ਖਾਈ ਪੀ ਜਾਂਦੇ ਆ ਜਗਦੀਪ ਭਾਅ ਜੀ ਨੂੰ ਤੁਸੀਂ ਦੇਖ ਸਕਦੇ ਬਿਲਕੁਲ ਸਿਰਾ ਬੰਦਾ ਹੈ ਮੇਰਾ ਭਰਾ ਆ ਬਹੁਤ ਜ਼ਿਆਦਾ ਵਧੀਆ ਆ ਠੀਕ ਆ ਸੋ ਸਾਰੇ ਖਾਈ ਪੀ ਜਾਂਦੇ ਮੈਨੂੰ ਲੱਗਦਾ ਮੈਂ ਸੈਂਡਵਿਚ ਖਾਧਾ ਬਾਕੀ ਸਾਰੀਆਂ ਆਈਟਮਾਂ ਥੋੜ੍ਹੀਆਂ ਥੋੜ੍ਹੀਆਂ ਮੈਂ ਸਾਰੀਆਂ ਹੀ ਖਾਧੀਆਂ ਕਿਉਂਕਿ ਗੁਰਵੀਰ ਨੇ ਬਣਾਈਆਂ ਸੀ ਤਾਂ ਮੈਂ ਸਾਰਿਆਂ ਨੂੰ ਸੁਜੈਸਟ ਕਰ ਰਹੀ ਸੀ ਖਾ ਲਓ ਕੋਈ ਚੱਕਰ ਨਹੀਂ ਹੈ ਨਾ ਸੋ ਨੈਕਸਟ ਇੱਥੇ ਕਾਂਪੂ ਭਾਬੀ ਸੋ ਇਹ ਵੀ ਆਪਣਾ ਥੋੜ੍ਹਾ ਥੋੜ੍ਹਾ ਖਾਈ ਜਾਂਦੇ ਹੈਗੇ ਕਿਉਂਕਿ ਇਹਨਾਂ ਦੀ ਵੀ ਸਿਹਤ ਠੀਕ ਨਹੀਂ ਚੱਲ ਰਹੀ ਸੀ ਪਰ ਆਪਾਂ ਵੀ ਖਾਣ ਵਾਲੇ ਠੀਕ ਹੈ ਹੈ ਨਾ ਗੁਰਵੀਰ ਨੇ ਅਰੇਂਜਮੈਂਟ ਕੀਤੇ ਖਾਣਾ ਬਣਦਾ ਸੀ ਹਾਂਜੀ
ਉਸ ਤੋਂ ਬਾਅਦ ਕਾਫੀ ਲੇਟ ਘਰ ਆਏ, ਥੋੜੀਆਂ ਗੱਲਾਂ ਕੀਤੀਆਂ ਔਰ ਸੌਂ ਗਏ, ਔਰ ਫਿਰ ਜਾਣ ਦਾ ਪਲੈਨ ਬਣ ਗਿਆ ਸੀ ਵਾਪਸ। ਮੈਂ ਥੋੜੀਆਂ ਜਿਹੀਆਂ ਘਰੇ ਵੀਡੀਓ ਬਣਾਈਆਂ, ਉਹ ਤੁਸੀਂ ਦੇਖ ਲਿਓ। ਵਿਆਹ ਨੂੰ ਥੋੜ੍ਹੇ ਕੁ ਦਿਨ ਹੋਏ ਸੀ, ਆਈ ਥਿੰਕ 11 ਦਿਨ ਪੂਰੇ ਹੋ ਗਏ ਸੀ। ਜੋ ਵੀ ਚੂੜਾ ਵਧਾਉਣ ਵਾਲਾ ਪ੍ਰੋਗਰਾਮ ਜੋ ਹੁੰਦਾ ਸੀ ਉਹ ਕਰ ਲਿਆ ਸੀਗਾ, ਹੈ ਨਾ, ਕਿਉਂਕਿ ਇਹਨਾਂ ਨੇ ਵਾਪਸ ਚੱਲ ਜਾਣਾ ਸੀ ਔਰ ਮੈਂ ਉੱਧਰ ਜਾਣਾ ਸੀ, ਫਿਰ ਜਸ ਨੇ ਆਉਣਾ ਚੱਲ ਜਾਣਾ ਸੀਗਾ, ਤਾਂ ਵਾਰ ਵਾਰ ਆਉਣਾ ਜਾਣਾ ਹੋ ਨਹੀਂ ਰਿਹਾ ਸੀਗਾ। ਦੂਜੇ ਵੀ ਰੱਖ ਲਈ, ਮੈਂ ਬਦਲ ਕੇ ਪਾ ਲਈ, ਸਹੀ ਹੈ ਨਾ? ਠੀਕ, ਜੇ ਚੂੜੀਆਂ ਵਿੱਚ ਚਿੱਟੀਆਂ ਕਰਨੀਆਂ ਤਾਂ ਕਰ ਲਈ, ਕਿ ਇੱਦਾਂ ਸੋਹਣੀ ਲੱਗਦੀ ਨਾ ਚਿੱਟੀਆਂ ਕਿਵੇਂ। ਸਹੀ ਆ, ਚਿੱਟੀਆਂ ਦੋਨੋਂ ਸਾਈਡ 'ਤੇ ਵਧੀਆ ਲੱਗਦੀ, ਸਹੀ ਹੈ ਨਾ? ਸਾਈਡ 'ਤੇ ਵਿੱਚੋਂ ਰੈੱਡ ਰੈੱਡ ਦੇ, ਸਹੀ ਨਾ? ਸਹੀ ਹੈ ਨਾ ਕੰਪੂ? ਤਾਂ ਜੇ ਫੋਟੋ ਕਰ ਦੇ ਭਾਬੀ, ਤੂੰ ਇੱਧਰ ਦੇਖ, ਸਾਡੀ ਦੋਨਾਂ ਦੀ ਵੀਡੀਓ ਜੀ ਬਣਾ ਦੇ ਨਿੱਕੀ ਸਿਨੇਮੈਟਿਕ 'ਚ। ਕੋਲੇ ਹੋ ਜਾਓ, ਚਲੋ ਵੀਡੀਓ ਕਿ ਫੋਟੋ ਖਿੱਚਾ, ਪੈਸੇ ਗਿਣਦੀ ਆ ਮੈਂ। ਕਾਹਦੇ ਚ ਪਾ ਕੇ ਜਾਓਗੇ? USB ਰੱਖ ਕੇ ਕਿੱਥੇ ਜਾਓਗੇ? ਮੰਮੀ ਨੂੰ ਦੇ ਜਾਓ, ਚੰਗਾ ਯਾਦ ਕਰਦਾ, ਤੈਨੂੰ ਵੀ ਲੈ ਚੱਲਣਾ, ਮੈਂ ਨੀ ਰਹਿ ਰਹੀ ਤਾਂ ਤੈਨੂੰ ਵੀ ਨਾਲ ਲੈ ਕੇ ਜਾਓ। ਬਾਏ, ਠੀਕ ਹੈ ਤਾਊ, ਬਾਏ। ਠੀਕ ਆ, ਜਸ ਮਿਲ ਲਿਆ,
ਹਾਂ ਠੀਕ ਚਲੋ ਆਜੋ 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 ਚਲ ਆਂਟੀ ਠੀਕ ਆ ਬਾਏ ਆਂਟੀ ਹਾਂ ਬਾਏ ਦਾਰੇ ਚਾਚਾ ਹਾਂ ਹਾਂ ਚਲੋ ਭੱਜੋ ਭੱਜੋ ਫਿਰ ਆਵਾਂਗੇ ਕੋਈ ਨਾ ਚਲੋ ਓਕੇ ਹਾਂ ਦਾਰੇ ਚਾਚਾ ਜਮਾਂ ਹੌਲੀ ਹੌਲੀ ਜਾਵਾਂਗੇ ਸੋ ਇਸ ਤੋਂ ਬਾਅਦ ਅਸੀਂ ਸਿੱਧਾ ਗਏ ਕਰਨਪੁਰ ਮੰਮੀ ਡੈਡੀ ਹੁਣੀ ਅਗਲੀ ਗੱਡੀ 'ਚ ਸੀ ਅਸੀਂ ਪਿਛਲੀ ਇਸਦੇ ਵਿੱਚ ਸੀਗੇ ਠੀਕ ਹੈ ਮੈਂ ਜਸ ਨੂੰ ਦਿਖਾਉਣੀ ਸੀ ਆਪਣੀ ਸ਼ੋਪ ਉਸ ਤੋਂ ਬਾਅਦ ਮੈਂ ਥੋੜ੍ਹਾ ਜਿਹਾ ਸਮਾਨ ਲੈਣਾ ਸੀ ਕਰਨਪੁਰ ਤੋਂ ਲਿਆ ਆਈ ਥਿੰਕ ਸ਼ਾਮ ਦੇ 2-3 ਵਜੇ ਦਾ ਟਾਈਮ ਹੋਣਾ ਸੀ ਸੁਲਤਾਨਪੁਰ ਦੇ ਲਈ ਨਿਕਲੇ ਔਰ ਕਾਫੀ ਰਾਤ ਨੂੰ ਲੇਟ ਪਹੁੰਚੇ ਅੱਜ ਦੇ ਵੀਡੀਓ 'ਚ ਇੰਨਾ ਹੀ ਨੈਕਸਟ ਕਮਿੰਗ ਸੋ